ਸਾਕਸ਼ੀ ਨੂੰ ਹੁਣੇ ਪੇਸ਼ ਕੀਤਾ ਸੀਗਾ ਇਹਦੇ ਸਾਹਮਣੇ ਦੇਖ ਨੇ ਫਰਦਰ ਜਿਹੜਾ ਹੈਗਾ ਇੱਕ ਦਿਨ ਦਾ ਰਿਮਾਂਡ ਮੰਗਿਆ ਸੀਗਾ ਵੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਨੀ ਆ ਵੀ ਉਹ ਆਪਣੀਆਂ ਜਿਹੜੀਆਂ ਗੱਲਾਂ ਪ੍ਰੋਪਰ ਨਹੀਂ ਦੱਸ ਰਿਹਾ ਜੱਜ ਸਾਹਿਬ ਨੇ ਸੁਣਨ ਤੋਂ ਬਾਅਦ ਸਾਡੀਆਂ ਤਿੰਨ ਦਰਖਾਸਤਾਂ ਸੀਗੀਆਂ ਜਿਹੜੀਆਂ ਉਸ ਦਿਨ ਦੀਆਂ ਪਹਿਲੇ ਦਿਨ ਦੀਆਂ ਦਿੱਤੀਆਂ ਹੋਈਆਂ ਉਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਉਹਨਾਂ ਦੇ ਵੱਲੋਂ ਵਕੀਲ ਪੇਸ਼ ਹੋਏ ਸੀਗੇ ਦੋਸ਼ੀ ਵੱਲੋਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਇਹਨਾਂ ਦਰਖਾਸਤਾਂ ਦਾ ਜਵਾਬ ਦੇਣਾ ਉਹਦੇ ਸੰਬੰਧ ਦੇ ਵਿੱਚ ਦੋਸ਼ੀ ਨੇ ਜਿਹੜਾ ਆਪਣਾ ਬਿਆਨ ਲਿਖਾਤਾ ਵੀ ਜਿਹੜਾ ਮੇਰਾ ਲਾਈਵ ਡਿਟੈਕਟਰ ਟੈਸਟ ਹੈ ਜੋ ਕਰ ਲਿਆ ਜਾਂਦਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਜੱਜ ਸਾਹਿਬ ਨੇ ਹਾਲੇ ਉਹਦੇ ਤੇ ਉਸ ਦਰਖਾਸਤ ਦੇ ਉੱਤੇ ਕੋਈ ਆਰਡਰ ਨਹੀਂ ਕੀਤਾ ਉਹ ਆਰਡਰ ਹੈ ਜਿਹੜਾ ਉਹ ਸ਼ਾਮ ਨੂੰ ਪਤਾ ਲੱਗੇਗਾ ਵੀ ਜੱਜ ਸਾਹਿਬ ਉਸ ਦਰਖਾਸਤ ਦੇ ਉੱਤੇ ਆਰਡਰ ਕੀ ਕਰਦੇ ਆ ਤੇ ਉਸ ਤੋਂ ਬਾਅਦ ਉਹਨੂੰ ਜੁਡੀਸ਼ੀਅਲ ਭੇਜਦਾ ਐਪਲੀਕੇਸ਼ਨ ਦਾ ਆਰਡਰ ਹੈ ਜਿਹੜਾ ਉਹ ਸ਼ਾਮ ਨੂੰ ਪਤਾ ਇੱਕ ਜਿਹੜੇ ਦਾ ਟੈਸਟ ਟੈਸਟ ਦੀਆਂ ਰਿਪੋਰਟਾਂ ਕੁਟਾ ਆ ਗਈਆਂ ਉਹ ਜੱਜ ਸਾਹਿਬ ਨੇ ਪਰ ਐਗਜ਼ੈਕਟਲੀ ਨਹੀਂ ਪਤਾ ਕਿਉਂਕਿ ਉਹ ਜੱਜ ਸਾਹਿਬ ਦੇ ਕੋਲ ਸੀ ਜੱਜ ਸਾਹਿਬ ਨੇ ਲੈ ਕੇ ਦੇਖ ਕੇ ਰੱਖ ਲਈਆਂ ਪਰ ਰਿਪੋਰਟਾਂ ਜਿਹੜੀਆਂ ਮੇਨ ਆ ਗਈਆਂ ਇੱਕ ਰਿਪੋਰਟ ਜਿਹੜੀ ਫਾਈਨਲ ਉਹਦੀ ਬਲੱਡ ਦੀ ਟੈਸਟ ਦੀ ਸੀਗੀ ਵੀ ਕਿਹਾ ਉਹ ਕਿਸੇ ਨਸ਼ੇ ਦੇ ਪ੍ਰਭਾਵ ਥੱਲੇ ਹੈਗਾ ਸੀ ਨਹੀਂ ਆਇਆ ਸੀਗਾ ਉਹ ਰਿਪੋਰਟ ਹਾਲੇ ਆ ਨਹੀਂ ਉਹ ਸਟਿਲ ਵੇਟਿੰਗ ਠੀਕ ਸੀ ਨੂੰ ਹੁਣੇ ਪੇਸ਼ ਕੀਤਾ ਸੀਗਾ ਇਹਦੇ ਸਾਹਮਣੇ ਦੇਖ ਨੇ ਫਰਦਰ ਜਿਹੜਾ ਹੈਗਾ ਇੱਕ ਦਿਨ ਦਾ ਰਿਮਾਂਡ ਮੰਗਿਆ ਸੀਗਾ ਵੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਨੀ ਆ ਵੀ ਉਹ ਆਪਣੀਆਂ ਜਿਹੜੀਆਂ ਗੱਲਾਂ ਪ੍ਰੋਪਰ ਨਹੀਂ ਦੱਸ ਰਿਹਾ ਜੱਜ ਸਾਹਿਬ ਨੇ ਸੁਣਨ ਤੋਂ ਬਾਅਦ ਸਾਡੀਆਂ ਤਿੰਨ ਦਰਖਾਸਤਾਂ ਸੀਗੀਆਂ ਜਿਹੜੀਆਂ ਉਸ ਦਿਨ ਦੀਆਂ ਪਹਿਲੇ ਦਿਨ ਦੀਆਂ ਦਿੱਤੀਆਂ ਹੋਈਆਂ ਉਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਉਹਨਾਂ ਦੇ ਵੱਲੋਂ ਵਕੀਲ ਪੇਸ਼ ਹੋਏ ਸੀਗੇ ਦੋਸ਼ੀ ਵੱਲੋਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਇਹਨਾਂ ਦਰਖਾਸਤਾਂ ਦਾ ਜਵਾਬ ਦੇਣਾ ਉਹਦੇ ਸੰਬੰਧ ਦੇ ਵਿੱਚ ਦੋਸ਼ੀ ਨੇ ਜਿਹੜਾ ਆਪਣਾ ਬਿਆਨ ਲਿਖਾਤਾ ਵੀ ਜਿਹੜਾ ਮੇਰਾ ਲਾਈਵ ਡਿਟੈਕਟਰ ਟੈਸਟ ਹੈ ਜੋ ਕਰ ਲਿਆ ਜਾਂਦਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਜੱਜ ਸਾਹਿਬ ਨੇ ਹਾਲੇ ਉਹਦੇ ਤੇ ਉਸ ਦਰਖਾਸਤ ਦੇ ਉੱਤੇ ਕੋਈ ਆਰਡਰ ਨਹੀਂ ਕੀਤਾ ਉਹ ਆਰਡਰ ਹੈ ਜਿਹੜਾ ਉਹ ਸ਼ਾਮ ਨੂੰ ਪਤਾ ਲੱਗੇਗਾ ਵੀ ਜੱਜ ਸਾਹਿਬ ਉਸ ਦਰਖਾਸਤ ਦੇ ਉੱਤੇ ਆਰਡਰ ਕੀ ਕਰਦੇ ਆ ਤੇ ਉਸ ਤੋਂ ਬਾਅਦ ਉਹਨੂੰ ਜੁਡੀਸ਼ੀਅਲ ਭੇਜਦਾ ਐਪਲੀਕੇਸ਼ਨ ਦਾ ਆਰਡਰ ਹੈ ਜਿਹੜਾ ਉਹ ਸ਼ਾਮ ਨੂੰ ਪਤਾ ਇੱਕ ਜਿਹੜੇ ਦਾ ਟੈਸਟ ਟੈਸਟ ਦੀਆਂ ਰਿਪੋਰਟਾਂ ਕੁਟਾ ਆ ਗਈਆਂ ਉਹ ਜੱਜ ਸਾਹਿਬ ਨੇ ਪਰ ਐਗਜ਼ੈਕਟਲੀ ਨਹੀਂ ਪਤਾ ਕਿਉਂਕਿ ਉਹ ਜੱਜ ਸਾਹਿਬ ਦੇ ਕੋਲ ਸੀ ਜੱਜ ਸਾਹਿਬ ਨੇ ਲੈ ਕੇ ਦੇਖ ਕੇ ਰੱਖ ਲਈਆਂ ਪਰ ਰਿਪੋਰਟਾਂ ਜਿਹੜੀਆਂ ਮੇਨ ਆ ਗਈਆਂ ਇੱਕ ਰਿਪੋਰਟ ਜਿਹੜੀ ਫਾਈਨਲ ਉਹਦੀ ਬਲੱਡ ਦੀ ਟੈਸਟ ਦੀ ਸੀਗੀ ਵੀ ਕਿਹਾ ਉਹ ਕਿਸੇ ਨਸ਼ੇ ਦੇ ਪ੍ਰਭਾਵ ਥੱਲੇ ਹੈਗਾ ਸੀ ਨਹੀਂ ਆਇਆ ਸੀਗਾ ਉਹ ਰਿਪੋਰਟ ਹਾਲੇ ਆ ਨਹੀਂ ਉਹ ਸਟਿਲ ਵੇਟਿੰਗ